ਤੱਕ ਨਹਿਰੀ ਪਾਣੀ ਪਹੁੰਚਦਾ ਕਰੋ, ਪਹੁੰਚਦਾ ਕਰੋ, ਪਹੁੰਚਦਾ ਕਰੋ। ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕਰੋ, ਪਹੁੰਚਦਾ ਕਰੋ, ਪਹੁੰਚਦਾ ਕਰੋ। ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਕੀ ਪ੍ਰੋਗਰਾਮ ਹੈ? ਮੇਰਾ ਨਾਮ ਬਲਵਿੰਦਰ ਸਿੰਘ ਨਿੱਜਰ, ਏਰੀਆ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਵੱਲੋਂ ਜੀ। ਜੀ ਸਾਡਾ ਮਸਲਾ ਇਹੀ ਆ ਕਿ ਜਿਹੜਾ ਇਸ ਟਾਈਮ 'ਤੇ ਪਾਣੀ ਦੀ ਬੜੀ ਮੁਸ਼ਕਲ ਆ ਰਹੀ ਹੈ, ਇਹਦੇ ਵਾਸਤੇ ਨੌਜਵਾਨ ਜਿਹੜੇ ਜਾਗਰੂਕ ਹੋਏ ਉਹ ਚਾਹੁੰਦੇ ਨੇ ਕਿ ਜਿਹੜਾ ਇਹ ਪੰਜਾਬ ਦਾ ਪਾਣੀ ਉਹ ਬਚਾਇਆ ਜਾਵੇ। ਇਹ ਸਾਡੀਆਂ ਮੰਗਾਂ ਹਨ ਕਿ ਜਿਹੜਾ ਨਹਿਰੀ ਪਾਣੀ ਆ ਉਹ ਜ਼ਿਆਦਾ ਲਾਗੂ ਕੀਤਾ ਜਾਵੇ, ਜਿਹੜਾ ਦਾ ਪਾਣੀ ਇਸ ਟਾਈਮ 'ਤੇ ਜ਼ਿਆਦਾ ਬਰਬਾਦ ਹੋ ਰਿਹਾ ਉਹਨੂੰ ਬਚਾਉਣ ਤੋਂ ਰੋਕਿਆ ਜਾਵੇ। ਪੀਣ ਵਾਲਾ ਪਾਣੀ ਅਤੇ ਨਹਿਰੀ ਪਾਣੀ ਜਿਹੜਾ ਵਾ ਇਹਦੀ ਸਾਡੀ ਜ਼ਿਆਦਾ ਮੰਗ ਹੈ। ਮੈਂ ਜੀ ਸੁਖਦੇਵ ਸਿੰਘ ਸੈਂਸਰਾ, ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ। ਅੱਜ ਸੂਬਾ ਕਮੇਟੀ ਦੇ ਸੱਦੇ ਦੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਅੰਮ੍ਰਿਤ ਮੋਟਰਸਾਈਕਲ ਮਾਰਚ ਜਿਹੜੇ ਆ ਉਹ ਸਾਰੇ ਜ਼ਿਲ੍ਹਿਆਂ 'ਚ ਕੀਤੇ ਜਾ ਰਹੇ ਆ। ਇਸ ਮਾਰਚ ਦੀਆਂ ਮੁੱਖ ਮੰਗਾਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਸਾਮਰਾਜੀ ਖੇਤੀ ਮਾਡਲ ਜਿਹੜਾ ਹਰੀ ਕ੍ਰਾਂਤੀ ਦੇ ਨਾਂ ਥਰੇ ਲਾਗੂ ਕੀਤਾ ਗਿਆ ਆ, ਇਸ ਮਾਡਲ ਨੂੰ ਰੱਦ ਕੀਤਾ ਜਾਵੇ। ਪੰਜਾਬ ਦੇ ਪਾਣੀਆਂ ਦਾ ਮਸਲਾ ਜਿਹੜਾ ਆ ਉਹ ਰਿਪੇਰੀਅਨ ਸਿਧਾਂਤ ਦੇ ਅਨੁਸਾਰ ਹੱਲ ਕੀਤਾ ਜਾਵੇ। ਪੰਜਾਬ ਦਾ ਖੇਤ ਜਿਹੜਾ ਕਿਸਾਨੀ ਸਿਰ ਚੜਿਆ ਕਰਜ਼ਾ ਆ ਉਹ ਮਾਫ਼ ਕੀਤਾ ਜਾਵੇ ਅਤੇ ਭਾਰਤ ਪਾਕਿਸਤਾਨ ਵਪਾਰ ਜਿਹੜਾ ਆ ਉਹ ਖੋਲ੍ਹਿਆ ਜਾਵੇ ਅਤੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਖੇਤੀਬਾੜੀ ਦੇ ਆਧਾਰਿਤ ਸਨਅਤ ਜਿਹੜੀ ਆ ਉਹ ਲਾਈ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਸਤੇ ਜਿਹੜਾ ਆ ਇਹ ਅੱਜ ਦਾ ਜਿਹੜਾ ਮਾਰਚ ਆ ਇਹ ਮਿਥਿਆ ਗਿਆ ਆ। ਕਿੱਥੋਂ ਤੱਕ ਜਾਏਗਾ ਮਾਰਚ ਜੀ ਜਿਹੜਾ? ਇਹ ਮਾਰਚ ਜੀ ਏਅਰਪੋਰਟ ਰਾਜਾਸਾਂਸੀ ਤੱਕ ਜਾਏਗਾ। ਇੱਥੋਂ ਇਤਿਹਾਸਕ ਗੁਰਦੁਆਰਾ ਸਾਹਿਬ ਕਾਲੇ ਵਾਲੇ ਖੂਹ ਤੋਂ ਸ਼ੁਰੂ ਹੋ ਕੇ ਏਅਰਪੋਰਟ ਤੱਕ ਜਾਏਗਾ ਜੀ। Subscribe to One India channel and never miss an update.